ਰਾਜੌਰੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ। ਜੰਮੂ ਕਸ਼ਮੀਰ ਸਥਿਤ ਰਾਜੌਰੀ ਵਿੱਚ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਯੂਨੀਵਰਸਿਟੀ ਨੇੜੇ ਜੰਗਲਾਂ ਨੂੰ ਭਿਆਨਕ ਅੱਗ ਲੱਗ ਗਈ ਹੈ। ਅੱਗ ਬੁਝਾਊ ਅਮਲਾ ਮੌਕੇ ਉੱਤੇ ਉਸ ਵਕਤ ਪਹੁੰਚਿਆ ਜਦੋਂ ਅੱਗ ਪੂਰੀ ਤਰ੍ਹਾਂ ਭਖ ਚੁੱਕੀ ਸੀ। ਇਸ ਖਬਰ ਸੰਬੰਧੀ ਹੋਰ ਵੇਰਵੇ ਆਉਣੇ ਬਾਕੀ ਹਨ। ਦੇਖੋ ਇੱਧਰ ਸੇ ਆਗੇ ਆਗ ਜਾਏਗੀ, ਉੱਪਰ ਨੂੰ ਜਾਣੇ।